ਕਰਦਾ ਮਾਣਯੋਗ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਦਾ, ਜਿਹੜੇ ਪ੍ਰਸਤਾਵ ਲੈ ਕੇ ਆਏ ਨੇ ਕਿ RDF ਯਾਨੀ ਕਿ ਰੂਰਲ ਡਿਵੈਲਪਮੈਂਟ ਫੰਡ, ਉਹਦਾ ਜਿਹੜਾ ਪੈਸਾ ਹੈ ਜੋ ਸਾਡਾ ਹੱਕ ਹੈ ਉਹ ਕੇਂਦਰ ਨਹੀਂ ਦੇ ਰਿਹਾ, ਉਹਦੇ ਨਾਲ ਸਾਡੇ ਪੇਂਡੂ ਵਿਕਾਸ ਢਾਂਚੇ 'ਤੇ ਅਸਰ ਪੈ ਰਿਹਾ। ਮੈਂ ਇਸ ਪ੍ਰਸਤਾਵ ਦੇ ਹੱਕ 'ਚ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕਰਨ ਲਈ ਕਿਉਂ ਨਹੀਂ ਉਹ ਪੈਸੇ ਦੇ ਰਹੇ ਮੈਂ ਖੜ੍ਹਾ ਹੋਇਆ ਸਰ। ਮੇਰੇ ਬਹੁਤ ਸਾਰੇ ਸਾਥੀਆਂ ਨੇ ਬੋਲਦੇ ਹੋਏ ਦੱਸਿਆ ਕਿ ਕਿਵੇਂ ਜਿਹੜਾ ਇਹ ਪੈਸਾ ਹੈ ਉਹ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਂਦਾ। ਸ਼ੁਕਰ ਹੈ ਰਾਣਾ ਜੀ ਆਜ਼ਾਦ ਉਮੀਦਵਾਰ ਬਣ ਗਏ, ਨਹੀਂ ਇਹਨਾਂ ਨੂੰ ਵੀ ਲਾਂਭੇ ਆਉਣੇ ਸੀ। ਇਹਨਾਂ ਨੇ ਖੁਦ ਹੀ ਕਹਿਤਾ ਕਿ ਉਹ ਜਿਹੜਾ ਪਹਿਲਾਂ ਵਾਲਾ ਪੈਸਾ ਸੀ 4600 ਕਰੋੜ ਰੁਪਇਆ ਉਹਨੂੰ ਗਲਤ ਇਸਤੇਮਾਲ ਕਰ ਲਿਆ ਗਿਆ ਜੀ, ਉਹਨਾਂ ਨੇ ਤਾਂ ਰੋਕਿਆ ਸੀ। ਮੈਂ ਸਾਰੀ ਹਿਸਟਰੀ ਦੱਸਦਾ ਇਸ ਪੈਸੇ ਦੀ, ਉਹਨਾਂ ਨੇ ਗਲਤ ਇਸਤੇਮਾਲ ਕਰ ਲਿਆ ਜੀ ਕੈਪਟਨ ਸਾਹਿਬ ਨੇ। ਇਹਨੂੰ ਕਹਿੰਦੇ ਅੰਗਰੇਜ਼ੀ 'ਚ ਫਾਈਨੈਂਸ਼ੀਅਲ ਇਨਡਿਸਿਪਲਿਨ। ਉਹਨਾਂ ਨੇ ਚੱਕ ਕੇ ਪੈਸੇ ਰੋਕਦੇ ਜੀ, ਤੁਸੀਂ ਲਏ ਕਿਸੇ ਹੋਰ ਕੰਮ ਵਾਸਤੇ ਹੈ, ਦੇਈ ਕਿਤੇ ਹੋਰ ਜਾਂਦੇ ਹੋ, ਅਸੀਂ ਨਹੀਂ ਤੁਹਾਨੂੰ ਪੈਸੇ ਦਿੰਦੇ। ਪਹਿਲਾਂ ਐਕਟ ਬਣਾਓ ਕਿ ਇਹ ਪੈਸਾ ਸਿਰਫ ਇੱਥੇ ਹੀ ਯੂਜ਼ ਹੋਊਗਾ। ਗੌਰਮੈਂਟ ਆਮ ਆਦਮੀ ਪਾਰਟੀ ਦੀ ਆ ਗਈ, ਅਸੀਂ ਐਕਟ ਬਣਾਤਾ ਜੀ ਕਿ ਪੈਸਾ ਇੱਥੇ ਯੂਜ਼ ਹੋਊਗਾ, ਕਿਉਂਕਿ ਸਾਡੇ ਦਿਲ 'ਚ ਕੋਈ ਛਲ ਕਪਟ ਨਹੀਂ, ਨਾ ਹੀ ਕੋਈ ਭਤੀਜੇ ਭਾਣਜਿਆਂ ਦਾ ਚੱਕਰ ਹੈ, ਨਾ ਹੀ ਕੋਈ ਸਾਲੇ ਜੀਜੇ ਦਾ ਚੱਕਰ ਹੈ। ਸਾਡੇ ਤਾਂ ਇਹੀ ਹੈ ਵੀ ਲੋਕਾਂ 'ਤੇ ਲੱਗੇ ਪੈਸਾ। ਤਾਂ ਅਸੀਂ ਉਹਨਾਂ ਕੋਲ ਗਏ, ਕਹਿੰਦੇ ਹਾਂ ਇਹ ਬਹੁਤ ਵਧੀਆ, ਹੁਣ ਤੁਹਾਡੇ ਪੈਸੇ ਤੁਹਾਨੂੰ ਜਾਰੀ ਕਰ ਦਾਂਗੇ। ਮੀਟਿੰਗ ਹੋਈ ਮਾਨਯੋਗ ਫੂਡ ਸਪਲਾਈ ਮੰਤਰੀ ਨਾਲ, ਪਿਊਸ਼ ਗੋਇਲ ਜੀ ਨਾਲ, ਅਫਸਰ ਗਏ ਮੇਰੇ ਸਾਰੇ ਬੈਠੇ ਨੇ। ਹਾਂ ਪੱਖੀ ਹੁੰਗਾਰਾ, ਅਸੀਂ ਬੜੇ ਖੁਸ਼ ਆਏ, ਅਸੀਂ ਧੰਨਵਾਦੀ ਲੈਟਰ ਵੀ ਲਿਖਤਾ ਵੀ ਬਹੁਤ ਧੰਨਵਾਦ ਜੀ ਤੁਸੀਂ ਪੈਸੇ ਸਾਡੇ ਜਾਰੀ ਕਰ ਦਿੰਦੇ। ਜਦੋਂ ਇਹ ਮੀਡੀਆ 'ਚ ਆ ਗਿਆ, ਜਿਹੜੇ ਉਦੂ ਤਹਾਂ ਬੈਠੇ ਨੇ ਉਹ ਕਹਿੰਦੇ ਇੱਦਾਂ ਕਿਵੇਂ ਰੋਕੋ ਪੈਸਾ, ਫਿਰ ਰੋਕ ਲਿਆ ਜੀ। ਫਿਰ ਉਦੂ ਤਹਾਂ ਵਾਲਿਆਂ ਕੋਲ ਗਏ ਵੀ ਪੰਜਾਬ ਦਾ ਪੈਸਾ ਜੀ ਦੇ ਦਿਓ, ਉਹ ਵੀ ਕਹਿੰਦੇ ਵੀ ਕੀ ਕਰੀਏ ਬਸ ਇੱਦਾਂ ਹੀ ਹੈ। ਸੋ ਸੈਂਟਰ ਜਿਹੜਾ ਨਾ ਉਹ ਨੌਨ BJP ਸਰਕਾਰਾਂ ਨੂੰ ਇੱਦਾਂ ਤੰਗ ਕਰਦਾ ਜੀ, ਚਾਹੇ ਬੰਗਾਲ ਦੀ ਗੱਲ ਕਰ ਲਓ, ਕੇਰਲਾ ਦੀ ਗੱਲ ਕਰ ਲਓ, ਤੇਲੰਗਾਨਾ ਦੀ ਗੱਲ ਕਰ ਲਓ, ਤਮਿਲਨਾਡੂ ਦੀ ਗੱਲ ਕਰ ਲਓ, ਦਿੱਲੀ ਦੀ ਗੱਲ ਕਰ ਲਓ, ਪੰਜਾਬ ਦੀ ਗੱਲ ਕਰ ਲਓ। ਉਹਨਾਂ ਨੇ ਤੰਗ ਕਰਨ ਵਾਸਤੇ ਇੱਕ ਇੱਕ ਬੰਦਾ ਬਿਠਾ ਰੱਖਿਆ ਸਾਰੀਆਂ ਸਟੇਟਾਂ 'ਚ, ਉਹਨੂੰ ਕਹਿੰਦੇ ਨੇ ਰਾਜਪਾਲ। ਵੈਸੇ ਗਵਰਨਰ ਵੀ ਕਹਿੰਦੇ ਅੰਗਰੇਜ਼ੀ 'ਚ, ਅੰਗਰੇਜ਼ਾਂ ਵੇਲੇ ਤਾਂ ਹੁੰਦਾ ਸੀ ਕਾਮੇ ਵਾਇਸ ਰਾਏ, ਘਰ ਵੀ ਉਹਨਾਂ ਦੇ ਉਹੀ ਨੇ, ਉਹ ਬੜੇ ਬੜੇ ਤੋਪਾਂ ਲੱਗੀਆਂ ਨੇ, ਮਤਲਬ ਘਰ ਦੇ ਮੂਹਰੇ ਤੋਪਾਂ ਲੱਗੀਆਂ ਨੇ, ਬੰਦਾ ਕੌਣ ਅੰਦਰ ਵੜਨ ਦੀ ਹਿੰਮਤ ਕਰ ਲੂਗਾ। ਉਹ ਕੀ ਕਰਦੇ ਰਹਿੰਦੇ ਆ ਜੇ 2-3 ਦਿਨ ਤੰਗ ਨਾ ਕਰਨ ਕਿਸੇ ਸਟੇਟ ਦੇ ਚੀਫ ਮਿਨਿਸਟਰ ਨੂੰ, ਕੋਈ ਚਿੱਠੀ ਨਾ ਲਿਖਣ
ਜਾਂ ਫਿਰ ਕੋਈ ਪੰਗਾ ਨਾ ਪਾਉਣ ਤਾਂ ਫਿਰ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਫੋਨ ਆਉਂਦਾ ਤੈਨੂੰ ਰਾਜਪਾਲ ਲਾਏ ਦਾ ਕੀ ਫਾਇਦਾ ਬਈ ਤੂੰ ਤੰਗ ਹੀ ਨਹੀਂ ਕਰ ਰਿਹਾ ਜਿਹੜੀ ਆਹ ਚੀਜ਼ ਹੈ ਨਾ ਆਹ ਬਹੁਤ ਵੱਡੀ ਕਿਤਾਬ ਹੈ ਜੀ ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਕੀ ਹੈ ਇਹ ਇਹ 'ਚ ਮੈਂ ਕੋਈ RDF ਬਾਰੇ ਕੋਈ ਹੋਮਵਰਕ ਨਹੀਂ ਲਿਖ ਕੇ ਲਿਆਇਆ ਮੈਂ ਕਿਸੇ ਬਿੱਲ ਬਾਰੇ ਲਿਖ ਕੇ ਨਹੀਂ ਲਿਆਇਆ ਇਹ ਮਾਣਯੋਗ ਰਾਜਪਾਲ ਦੇ ਮੈਨੂੰ ਲਿਖੇ ਹੋਏ ਲਵ ਲੈਟਰ ਨੇ ਜੀ ਅੱਜ ਕੋਈ ਇੰਨੇ ਨੇ ਵਿਹਲੇ ਬੈਠੇ ਉੱਥੇ ਇਹ ਕੰਮ 'ਤੇ ਨੇ ਇਹ ਚੱਕ ਕੇ ਲੈਟਰ ਲਿਖ ਦਿਓ ਫਿਰ ਕਹਿੰਦੇ ਜਵਾਬ ਕਿਉਂ ਨਹੀਂ ਦਿੰਦੇ ਸਰਕਾਰ ਚਲਾ ਲੈਣ ਦਿਓ ਜੀ ਇਲੈਕਟਡ ਹਾਂ ਇਸ ਹਾਊਸ ਬਾਰੇ ਵੀ ਕਹਿੰਦੇ ਸੀ ਕੀ ਜ਼ਰੂਰਤ ਸੀ ਅੱਛਾ ਉਹਨਾਂ ਨੂੰ ਕੀ ਪਤਾ ਵੀ ਕੀ ਜ਼ਰੂਰਤ ਸੀ ਪੰਜਾਬ 'ਚ RDF ਦੀ ਜ਼ਰੂਰਤ ਹੈ ਨਹੀਂ ਸੀ ਆ ਮੇਰੇ ਸਾਥੀ ਚਲੇ ਗਏ ਚਲੋ ਖੈਰ ਉਹ ਤਾਂ ਹੀ ਹੋ ਜਾਂਦੇ ਕਿਉਂਕਿ ਉਹਨਾਂ ਕੋਲ ਕੋਈ ਜਵਾਬ ਹੈ ਨਹੀਂ ਅਸਲ 'ਚ ਮੈਂ ਤਾਂ ਕਹਿੰਦਾ ਅਗਲੀ ਵਾਰ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਇਆ ਹੀ ਨਾ ਕਰੋ 15 ਮਿੰਟਾਂ 'ਚ ਜਾਣਾ ਹੁੰਦਾ ਫਾਇਦਾ ਕੋਈ ਬਸ ਕੋਈ ਨਾ ਕੋਈ ਰੌਲਾ ਪਾ ਕੇ ਬਾਹਰ ਨਿਕਲ ਜਾਂਦੇ ਆ ਇਸ ਵਕਤ ਘਰੇ ਜਾ ਕੇ ਆਪਦਾ ਆਰਾਮ ਨਾਲ ਸੌਂਗੇ ਹੋਣੇ ਤਾਂ AC ਲਾ ਕੇ ਆਹ ਲੈਟਰ ਨੇ ਜੀ ਜਵਾਬ ਵੀ ਦਿੰਦੇ ਹਾਂ ਜੀ ਬਹੁਤਿਆਂ ਨੇ ਜਵਾਬ ਦਿੰਦੇ ਹਾਂ ਬਹੁਤਿਆਂ ਦਾ ਕਹਿ ਦਿੰਦੇ ਹਾਂ ਵੀ ਥੋੜ੍ਹਾ ਜਿਹਾ ਟਾਈਮ ਮਿਲ ਜੇ ਤਾਂ ਜਵਾਬ ਦੇ ਦਾਂਗੇ ਕੋਈ ਗੱਲ ਨਹੀਂ ਸੋ ਇਹ RDF ਦਾ ਇਹਦੇ ਨਾਲ ਲਿੰਕ ਹੈ ਜੀ ਫਰਜ਼ ਬਣਦਾ ਗਵਰਨਰ ਦਾ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਉੱਪਰ ਜਾ ਕੇ ਸਿਫਾਰਿਸ਼ ਕਰੇ ਕਿ ਪੰਜਾਬ ਦਾ ਪੈਸਾ ਦਿਓ ਗਵਰਨਰ ਪੰਜਾਬ ਹੈ ਉਹ ਉਲਟਾ ਕਰਦਾ ਉਹ ਯੂਨੀਵਰਸਿਟੀ ਬਾਰੇ ਹਰਿਆਣੇ ਵੱਲੋਂ ਬੋਲੀ ਜਾਂਦਾ ਹੁੰਦਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਦੇ ਕਾਲਜ ਪਾ ਲਓ ਮੈਂ ਪੁੱਛਿਆ ਉਹਨਾਂ ਨੂੰ ਮੈਂ ਤੁਸੀਂ ਕਿਹੜੇ ਪਾਸੇ ਆਏ ਹੋ ਅੱਜ ਹਰਿਆਣੇ ਵੱਲੋਂ ਜਾਂ ਪੰਜਾਬ ਵੱਲੋਂ ਸੋ ਮਤਲਬ ਸਿੱਧਾ ਹੀ ਹੋ ਗਿਆ ਕਿ ਜਿਹੜੇ ਰਾਜ ਭਵਨ ਨੇ ਉਹ ਸੱਤਾਧਾਰੀ ਪਾਰਟੀ ਦੇ ਦਫ਼ਤਰ ਬਣ ਗਏ ਮੁੱਖ ਦਫ਼ਤਰ ਹੈੱਡ ਆਫਿਸ ਬਣ ਗਏ ਕੋਈ ਪੈਸਾ ਨਹੀਂ ਆਉਣ ਦਿੰਦੇ ਕੋਈ ਸਕੀਮ ਨਹੀਂ ਆਉਣ ਦਿੰਦੇ ਸਾਡਾ ਹੱਕ ਬਣਦਾ ਸੀ ਭੀਖ ਮੰਗ ਰਿਹਾ RDF ਦਾ ਪੈਸਾ ਸਾਡਾ ਆਪਣਾ ਹੈ 3622 ਕਰੋੜ ਹੈ ਜੀ 3622 ਕਰੋੜ ਨਾਲ ਪੂਰੇ ਪੰਜਾਬ ਦੀਆਂ ਸੜਕਾਂ ਚਮਕਾ ਦਿਆਂਗੇ ਦੇਣ ਤਾਂ ਸਹੀ ਸਾਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਆ ਗਈਆਂ ਸਰ ਸਪੀਕਰ ਸਾਹਿਬ ਮੰਡੀਆਂ ਵਿਚਾਲੇ ਆ ਗਈਆਂ ਪਹਿਲਾਂ ਬਣਾਈਆਂ ਸੀ ਪਿੰਡਾਂ ਦੇ ਬਾਹਰ ਹੁਣ ਆਬਾਦੀ ਉਹਦੇ ਆਲੇ ਦੁਆਲੇ ਆ ਗਈ ਮੰਡੀਆਂ ਬਾਹਰ ਕੱਢਣੀਆਂ ਪੈਣਗੀਆਂ ਪੈਸਾ ਕਿੱਥੋਂ RDF ਦਾ ਪੈਸਾ ਅਸੀਂ ਵਰਤ ਸਕਦੇ ਸੀ ਉਹਨਾਂ ਕੋਲ ਹੋਰ ਕੋਈ ਤਰੀਕਾ ਨਹੀਂ ਪੈਸੇ ਰੋਕ ਲਓ ਅਤੇ ਉਸ ਸਟੇਟ ਦੇ ਪੈਸੇ ਰੋਕੀ ਜਾਂਦੇ ਜਿਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਜਿਹਨਾਂ ਕਰਕੇ ਤੁਸੀਂ ਪ੍ਰਧਾਨ ਮੰਤਰੀ ਬਣੇ ਬੈਠੇ ਹੋ ਤੁਸੀਂ ਖੁਰਾਕ ਮੰਤਰੀ ਬਣੇ ਬੈਠੇ ਹੋ ਉਸ ਸਟੇਟ ਦਾ ਕੋਈ ਕੀਮਤ ਹੈ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੀ ਜਾਂ ਸ਼ਹੀਦ ਊਧਮ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਕੁਰਬਾਨੀ ਦੀ ਕੋਈ ਕੀਮਤ ਹੈ ਸਰ ਇਹ 3622 ਕਰੋੜ ਨੂੰ ਠੁੱਡਾ ਨਹੀਂ ਮਾਰਦੇ ਹੋ ਇਹ ਇੱਦਾਂ ਦੇ ਪੈਸੇ ਰੋਕ ਕੇ ਸਾਡੇ 'ਤੇ ਸਾਨੂੰ ਬਾਂਹ ਮਰੋੜ ਲੈਣਗੇ ਸਾਡੀ ਸੋ ਇਸ ਕਰਕੇ ਮੈਂ ਕਹਿਣਾ ਕਿ ਇਕੱਲੀ ਇਹ ਸਕੀਮ ਨਹੀਂ ਬਹੁਤ ਸਾਰੀਆਂ ਸਕੀਮਾਂ 'ਤੇ ਪੈਸੇ ਰੋਕੀ ਬੈਠੇ ਹੈ ਪਰ ਜਿਸ ਤਰ੍ਹਾਂ ਮੇਰੇ ਸਾਥੀ ਬੋਲ ਰਹੇ ਸੀ ਦਾਣਾ ਸੁੱਕਾ ਹੋ ਗਿਆ ਦਾਣਾ ਸੁੰਗੜ ਗਿਆ ਧੁੱਪ ਜ਼ਿਆਦੇ ਪੈ ਗਈ
ਠੰਡ ਜ਼ਿਆਦਾ ਪੈਗੀ 20 ਰੁਪਏ ਕੱਟਾਂਗੇ 22 ਰੁਪਏ ਕੱਟਾਂਗੇ, ਇਹ ਸਾਡੇ 'ਤੇ ਪੈਂਦਾ ਜੀ, ਸਾਡੇ 'ਤੇ ਪੈਂਦਾ 70 ਕਰੋੜ ਰੁਪਏ ਪਿਆ ਜੀ। ਇਸ ਵਾਰ ਕਹਿੰਦੇ ਦਾਣਾ ਛੋਟਾ ਸੁੰਗੜ ਗਿਆ, 21 ਰੁਪਏ ਕੱਟਾਂਗੇ ਕੁਇੰਟਲ ਦੇ, ਅਸੀਂ ਦਿੱਤੇ। ਅਤੇ ਫਿਰ ਜੇ ਅਸੀਂ ਨਾ ਦੇਈਏ ਦਾਣੇ, ਜੇ ਇੱਕ ਵਾਰੀ ਪੰਜਾਬ ਰੋਕ ਲਏ, ਇੱਕ ਵਾਰੀ ਪਹਿਲਾਂ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਮੈਂ ਪੜ੍ਹਦਾ ਹੁੰਦਾ ਸੀ, ਕੋਈ ਕਿਸਾਨ ਯੂਨੀਅਨ ਦਾ ਇੱਕ ਚੱਲਿਆ ਸੀ, ਭਾਈ ਲੋਕੋ ਕਣਕ ਰੋਕੋ, ਜੇ ਅਸੀਂ ਫਸਲ ਰੋਕ ਲਈ ਸਰ ਫਿਰ ਕੀ ਕਰਨਗੇ ਉਹ, ਉੱਧਰ ਤਾਂ ਯੂਕਰੇਨ ਦੀ ਜੰਗ ਕਰਕੇ ਉੱਧਰ ਤਾਂ ਹੈ ਨਹੀਂ, ਦੁਨੀਆ ਤਾਂ ਭੁੱਖੀ ਮਰ ਲਾ ਤੀ ਅੱਧੀ, ਅਤੇ ਇਹਨਾਂ ਕੋਲ PDS ਵਾਸਤੇ ਦਾਣੇ ਹੈ ਨਹੀਂ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ। ਜੇ ਪੰਜਾਬ ਨੇ ਕਹਿਤਾ ਵੀ ਅਸੀਂ ਨਹੀਂ ਦਿੰਦੇ ਫਿਰ ਠੀਕ ਰਹਿਣਗੇ, ਪਰ ਨਹੀਂ, ਪੰਜਾਬ ਬਹੁਤ ਵੱਡੇ ਦਿਲ ਵਾਲਾ ਹੈ, ਪੰਜਾਬੀ ਬਹੁਤ ਵੱਡੇ ਦਿਲ ਦਰਿਆ ਦਿਲ ਪੰਜਾਬੀ ਨੇ, ਕਹਿੰਦੇ ਕੋਈ ਗੱਲ ਨਹੀਂ ਯਾਰ, ਅਸੀਂ ਤਾਂ ਜਾਨਵਰਾਂ ਵਾਸਤੇ ਵੀ ਛੱਡ ਦਿੰਦੇ ਹਾਂ ਖੇਤ ਦੇ ਵਿੱਚ, ਚਲੋ ਇਹ ਜਨੌਰ ਚੁੱਕ ਲੈਣਗੇ, ਅਸੀਂ ਭੁੱਖੇ ਨਹੀਂ ਮੰਨ ਦੇਣਾ ਕਿਸੇ ਨੂੰ, ਪਰ ਇਹਨਾਂ ਨੂੰ ਆਪਣੀਆਂ ਹਰਕਤਾਂ 'ਤੇ ਧਿਆਨ ਦੇਣਾ ਚਾਹੀਦਾ। ਮੇਰੇ ਕੋਲ 2-3 ਔਫਰਾਂ ਆਈਆਂ ਨੇ ਸਟੇਟਾਂ ਦੀਆਂ, ਉਹ ਸਿੱਧੇ ਹੀ ਮੰਗਦੇ ਨੇ ਉਹ, ਮੈਂ ਕਿਹਾ ਦੇ ਦਾਂਗੇ। ਮੈਂ FCI ਕਮੇਟੀ ਦਾ ਮੈਂਬਰ ਹਾਂ ਜੀ, ਜਦੋਂ ਮੈਂਬਰ ਪਾਰਲੀਮੈਂਟ ਸੀ ਮੈਂ ਤਾਂ FCI ਵਾਲੀ ਕਮੇਟੀ ਦਾ ਮੈਂ ਮੈਂਬਰ, FCI ਭੱਜਣ ਨੂੰ ਫਿਰਦੀ ਹੈ ਜੀ ਵੀ ਪੰਜਾਬ ਤੋਂ ਖੜਾ ਛੜਾ ਦਿਉ, ਹਰਿਆਣੇ ਤੋਂ ਖੜਾ ਛੜਾ ਦਿਉ, ਕਿਉਂਕਿ ਸਾਡੇ ਮੰਡੀ ਸਿਸਟਮ ਬਹੁਤ ਕਮਾਲ ਹੈ, ਅਸੀਂ ਉੜੀਸਾ ਤੋਂ, ਮੱਧ ਪ੍ਰਦੇਸ਼ ਤੋਂ, ਬਿਹਾਰ 'ਚੋਂ, ਝਾਰਖੰਡ 'ਚੋਂ, UP 'ਚੋਂ ਉਧਰੋਂ ਖਰੀਦ ਲਿਆ ਕਰਾਂਗੇ, ਕਿਉਂਕਿ ਉੱਥੇ MSP ਵੀ ਦੇਣੀ ਪੈਂਦੀ। ਹੁਣ ਸਾਨੂੰ ਕੀ ਕਹਿੰਦੇ ਨੇ, ਸਾਨੂੰ ਕਹਿੰਦੇ ਨੇ UP ਅਤੇ ਬਿਹਾਰ ਵਾਂਗੂ 0% 'ਤੇ ਆਓ। ਮੈਂ ਕਿਹਾ ਤੁਸੀਂ ਸਾਨੂੰ UP ਅਤੇ ਬਿਹਾਰ ਨਾਲ ਕਿਵੇਂ ਕੰਪੇਅਰ ਕਰ ਸਕਦੇ ਹੋ, UP ਦੇ ਵਿੱਚ ਜਾਂ ਬਿਹਾਰ ਦੇ ਵਿੱਚ 300 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ, ਸਾਡੇ 3 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਜੀ, ਸਾਡੇ ਨਾਲ ਕਿਵੇਂ ਕੰਪੇਅਰ ਕਰ ਲੈਣਗੇ ਉਹ UP ਅਤੇ ਬਿਹਾਰ ਨੂੰ। ਇਹਦਾ ਮਤਲਬ ਸਿੱਧਾ ਹੀ ਹੈ ਵੀ ਇਨਡਾਇਰੈਕਟ ਜਿਹਾ ਜਵਾਬ ਹੈ। ਸੋ 0% 'ਤੇ ਕਰ ਲਿਆ ਜੀ ਇਸ ਵਾਰ, ਕਹਿੰਦੇ 0% ਪੈਸੇ ਫਿਰ ਰੋਕ ਲਏ। ਸਪੀਕਰ ਸਾਹਿਬ, ਇਹ ਦਮਨਕਾਰੀ ਨੀਤੀਆਂ ਜਿਹੜੀਆਂ ਉਹਨਾਂ ਦੀਆਂ ਬਹੁਤੀ ਦੇਰ ਚੱਲਣੀਆਂ ਨਹੀਂ, ਕਿਉਂਕਿ ਕਾਠ ਦੀ ਆਂਡੀ ਵਾਰ ਵਾਰ ਨਹੀਂ ਚੜ੍ਹਦੀ, ਭਾਵੇਂ ਕੋਈ ਆਰਡੀਨੈਂਸ ਲਿਆ ਕੇ, ਭਾਵੇਂ ਬਾਈ ਇਲੈਕਸ਼ਨ, ਭਾਵੇਂ ਕੋਈ ਹੋਰ ਤਰੀਕਾ ਵਰਤ ਕੇ ਉਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੰਗ ਕਰਦੇ ਆ। ਔਰ ਮੇਰੇ ਕੁਛ ਮਿੱਤਰ ਬੋਲ ਰਹੇ ਸੀ ਕਿ ਹੋਰ ਸਟੇਟਾਂ 'ਚ ਕਿਉਂ ਜਾਂਦੇ ਹੋ, ਕੀ ਗੱਲ ਜੀ, ਫਿਰ ਪੂਰੇ ਦੇਸ਼ ਨੂੰ ਦੱਸਣਾ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਇਮਾਨਦਾਰ ਸਰਕਾਰ ਆ ਗਈ, ਤੁਸੀਂ ਵੀ ਆਪਣੀ ਸਰਕਾਰ ਤੋਂ ਆਹ ਕੰਮ ਕਰਵਾ ਲਓ ਕਿ ਬਿਜਲੀ ਫ੍ਰੀ ਕਰਤੀ, ਕੋਲਾ 52 ਦਿਨ ਦਾ ਪਿਆ, ਮਹੱਲਾ ਕਲੀਨਿਕ ਚੱਲ ਪਏ, ਸਕੂਲਾਂ 'ਤੇ ਲੱਗੇ ਹੋਏ ਹਾਂ, ਇਹ ਦੂਜੇ ਰਾਜਾਂ ਨੂੰ ਵੀ ਦੱਸਣ ਦਾ ਫਰਜ਼ ਬਣਦਾ ਸਾਡਾ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਇਕੱਲਾ ਪੰਜਾਬ ਥੋੜ੍ਹੀ ਯਾਦ ਕਰਾਇਆ ਸੀ, ਪੂਰਾ ਦੇਸ਼ ਯਾਦ ਹੋਇਆ ਸੀ ਜਦੋਂ ਹੋਇਆ ਸੀ। ਅਸੀਂ ਤਾਂ ਉਹਨਾਂ ਦੇ ਕਦਮ ਚਿੰਨ੍ਹਾਂ 'ਤੇ ਥੋੜ੍ਹਾ ਥੋੜ੍ਹਾ ਚੱਲਾਂਗੇ। ਹੁਣ ਜੇ ਤੁਹਾਡੀ ਪਾਰਟੀ ਭਾਈ ਨਹੀਂ ਜਾ ਸਕਦੀ ਸ਼ੰਭੂ ਬਾਰਡਰ ਤੋਂ, ਹਾਂ ਮੈਂ ਕੀ ਕਰਾਂ ਫਿਰ। ਔਰ ਇੱਕ ਬੋਲਣ ਵੇਲੇ ਪਤਾ ਨਹੀਂ ਕੀ ਖਾ ਕੇ ਆਉਂਦੇ ਆ, ਕੀ ਸੋਚ ਕੇ ਆਉਂਦੇ ਆ, ਹੁਣ ਤੁਸੀਂ ਦੇਖ ਲਓ ਹੈ ਨਹੀਂ, ਉਹ ਇੱਥੇ ਬਹਿੰਦੇ ਆ ਪ੍ਰਤਾਪ ਸਿੰਘ ਭਾਜਪਾ, ਉਹਨੂੰ ਭਾਜਪਾ ਦੀ ਬੜੀ ਫਿਕਰ ਲੱਗੀ ਰਹਿੰਦੀ ਹੈ,
ਦੱਸੋ ਖਾਂ ਫਿਰ ਆਪਰੇਸ਼ਨ ਲੋਟਸ ਦਾ ਕੀ ਹੋਇਆ? ਉਹ ਆਪਦਾ ਰਸਤਾ ਭਾਲਦੇ ਨੇ ਵੀ ਕੀ ਬਣਿਆ ਕਿਵੇਂ, ਇਹ ਗੱਲ ਕਰੀ ਦਿੰਦੇ ਦੱਸੋ। ਕਿਉਂਕਿ ਉੱਪਰਲੀ ਮੰਜ਼ਿਲ ਤੇ ਤਾਂ ਭਾਜਪਾ ਦੀ ਹੈ ਨਾ, ਉਹਨਾਂ ਦੇ ਘਰੇ ਉੱਪਰਲੀ ਮੰਜ਼ਿਲ ਤੇ ਭਾਜਪਾ ਦਾ ਝੰਡਾ ਹੈ, ਥੱਲੜੀ ਤੇ ਕਾਂਗਰਸ ਦਾ, 12 ਪੌੜੀਆਂ ਦਾ ਫਰਕ ਹੈ। ਕਦੇ ਗਲਤੀ ਨਾਲ ਚੜ ਗਏ ਤਾਂ ਗਏ। ਹਾਂ ਤੇ ਕੀ ਬੋਲ ਰਹੇ ਸੀਗੇ? ਆਹ ਮੇਰੇ ਚੁਣੇ ਹੋਏ, ਆਹ ਸਾਡੇ ਹੀਰੇ ਨੇ, ਇਹ ਸਾਰੇ ਚੁਣੇ ਹੋਏ, ਆਹ ਵੀ ਸਾਰੇ ਹੀਰੇ ਚੁਣੇ ਨੇ ਲੋਕਾਂ ਨੇ, ਲੋਕਾਂ ਦੀ ਗਲਤ ਨਹੀਂ ਹੋ ਸਕਦੀ ਚੋਇਸ। ਤੇ ਇਹਨਾਂ ਬਾਰੇ ਕੀ ਕਹਿੰਦੇ ਸੀਗੇ? ਮੈਂ ਤੇ ਬੜਾ ਹੈਰਾਨ ਹਾਂ ਕਿਹੋ ਜਿਹਾ ਮਟੀਰੀਅਲ ਆ ਗਿਆ ਜੇ। ਤੇ ਜੇ ਮੈਂ ਕਹਾਂ ਰਾਹੁਲ ਗਾਂਧੀ ਟਰੱਕਾਂ ਤੇ ਚੜਿਆ ਫਿਰਦਾ, ਰਾਜਾ ਬੜਿੰਗ ਬੱਸਾਂ ਤੋਂ ਡਰਦਾ ਫਿਰਦਾ, ਕਿਹੋ ਜਿਹਾ ਮਟੀਰੀਅਲ ਆ ਗਿਆ ਜੇ ਦੇਸ਼ 'ਚ? ਮਟੀਰੀਅਲ ਦੱਸ ਦਿਆ, ਲੋਕਾਂ ਨੇ ਚੁਣ ਕੇ ਭੇਜਿਆ ਜਨਾਬ, ਠੇਕਾ ਲਿਆ ਇਹਨਾਂ ਨੇ ਕਿ ਇਹੀ ਚੁਣੇ ਜਾਇਆ ਕਰਨਗੇ, ਇਹਨਾਂ ਦੇ ਭਾਈ ਭਤੀਜੇ ਚੁਣੇ ਜਾਇਆ ਕਰਨਗੇ। ਸੋ ਇਸ ਕਰਕੇ ਜ਼ਿਆਦਾ ਕਾਲੀਆਂ ਐਨਕਾਂ ਲਾਉਣ ਨਾਲ ਬੰਦਾ ਸੱਚਾ ਨਹੀਂ ਹੁੰਦਾ, ਬਲਕਿ ਜ਼ਿਆਦਾ ਕਾਲੀਆਂ ਐਨਕਾਂ ਨਾਲ ਲੋਕ ਸ਼ੱਕ ਕਰਨ ਲੱਗ ਜਾਂਦੇ ਨੇ ਕਿਸੇ ਕੋਲੋਂ ਕਾਣਾ ਹੈ, ਅੱਖ ਨਹੀਂ ਮਿਲਾਉਂਦਾ। ਮੈਂ ਪਹਿਲਾਂ ਵੀ ਕਹਿ ਚੁੱਕਿਆ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਿਆ ਕਰੋ, ਕਿਉਂ ਚਲੇ ਗਏ? ਹਰ 5-10 ਮਿੰਟਾਂ ਵਿੱਚ ਚਲੇ ਗਏ, ਬਸ ਉਹ ਜਾਂਦੇ ਹੋਏ ਨਾਲੇ ਲਾ ਕੇ ਚਲੋ ਜੀ ਕੰਮ ਠੀਕ ਹੈ, ਬੈਠੋ। ਆਰ ਡੀ ਐਫ 'ਚ ਪਿੰਡਾਂ 'ਚ ਤਾਂ ਤੁਸੀਂ ਵੀ ਜਾਣਾ ਹੈ, ਬਹੁਤ ਦੁਨੀਆ ਇਸ ਵਕਤ ਦੇਖ ਰਹੀ ਹੋਊਗੀ ਲਾਈਵ ਟੈਲੀਕਾਸਟ। ਬਈ ਕਾਂਗਰਸੀ ਵੀ ਪਿੰਡਾਂ 'ਚ ਜਾਣਗੇ ਤਾਂ ਪਿੰਡਾਂ ਵਾਲੇ ਪੁੱਛਣਗੇ ਵੀ ਜਿੱਥੇ ਆਰ ਡੀ ਐਫ 'ਤੇ ਗੱਲ ਚੱਲਦੀ ਸੀ, ਸੈਂਟਰ ਦੇ ਵਿਰੁੱਧ ਬੋਲਣਾ ਸੀ, ਮਤਾ ਪਾਸ ਕਰਨਾ ਸੀ, ਉੱਥੇ ਕਿਉਂ ਨਹੀਂ ਗਏ? ਉਹਦੇ ਕਿਉਂ ਨਹੀਂ ਬੈਠੇ? ਉੱਥੇ ਕਿਉਂ ਨਹੀਂ ਸਪੋਰਟ ਕੀਤੀ ਤੁਸੀਂ? ਇਹ ਕੋਈ ਮੇਰਾ ਮੁੱਦਾ, ਇਹ ਕੋਈ ਸਾਡਾ ਪਰਸਨਲ ਮੁੱਦਾ, ਕਿਸੇ ਇੱਕ ਮੰਡੀ ਦਾ ਮੁੱਦਾ? ਕਾਰਨ ਇਹ ਹੈ ਸਾਡੇ ਲਈ ਆਰ ਡੀ ਐਫ ਰੂਰਲ ਡਿਵੈਲਪਮੈਂਟ ਫੰਡ ਹੈ, ਉਹਨਾਂ ਲਈ ਆਰ ਡੀ ਐਫ ਰਹਿਣ ਦੇ ਫੰਡ ਹੈ, ਰਹਿਣ ਦੇ ਫੰਡ। ਉਹਨਾਂ ਨੇ ਤਪੰਗੇ ਪਾਏ ਨੇ, ਹੁਣ ਉਹ ਚਲੋ ਐਂ ਕਰ ਲੈਣ, ਥੋੜ੍ਹੀ ਬਹੁਤ ਯਾਰੀ ਦੋਸਤੀ ਵੀ ਚੱਲ ਜਾਂਦੀ ਹੈ, ਕੈਪਟਨ ਸਾਹਿਬ ਨਾਲ ਹੀ ਗੱਲ ਕਰ ਲੈਣ, ਉਹ ਤਾਂ ਉੱਧਰਲੇ ਪਾਸੇ ਨੇ ਆਉਣਾ। ਪਹਿਲਾਂ ਤਾਂ ਬਹੁਤ ਚਿੱਠੀਆਂ ਲਿਖ ਦਿੰਦੇ ਸੀ ਉਹਨਾਂ ਨੂੰ, ਉਹਨਾਂ ਦੇ ਘਰੇ ਕਾਫੀ ਖਾਣੇ ਭੋਜ ਵੀ ਰਾਤਰੀ ਦੇ ਹੋਏ ਨੇ, ਅਤੇ ਉਹਨਾਂ ਨੂੰ ਕਹਿ ਦੇਣ ਯਾਰ ਵੀ ਆਰ ਡੀ ਐਫ ਦਾ ਪੈਸਾ ਤਾਂ ਦਵਾ ਦਿਓ। ਨਾ, ਆਰ ਡੀ ਐਫ ਦਾ ਪੈਸਾ ਕਿੱਥੋਂ ਆਜੂਗਾ? ਪਿੱਛੇ ਜੇ ਪਟਿਆਲੇ ਰੈਲੀ ਹੋਈ ਬੀ ਜੇ ਪੀ ਦੀ, ਉਹ 'ਚ ਕੈਪਟਨ ਸਾਹਿਬ ਦੀ ਬੇਟੀ ਜੈਇੰਦਰ ਕੌਰ ਪਹਿਲੀ ਵਾਰ ਬੋਲੀ, ਅਤੇ ਉਹਨੇ ਕਹਿਣਾ ਤਾਂ ਇਹ ਸੀਗਾ ਕਿ 144 ਕਰੋੜ ਰੁਪਈਆ ਪਟਿਆਲੇ ਸ਼ਹਿਰ ਦੇ ਡਿਵੈਲਪਮੈਂਟ 'ਤੇ ਲਾਤਾ। ਉਹ ਕਹਿੰਦੀ 144 ਕਰੋੜ ਰੁਪਈਆ ਲੱਗ ਗਿਆ, ਕਿਉਂਕਿ ਜੀ ਇਹਨਾਂ ਦੀ ਗਿਣਤੀ 100 ਤੱਕ ਹੈ, 44 ਨਹੀਂ ਆਉਂਦਾ ਇਹਨਾਂ ਨੂੰ, 44 ਨਹੀਂ ਕਹਿਣਾ ਆਉਂਦਾ ਇਹਨਾਂ ਨੂੰ, ਇਹਨਾਂ ਕੋਲ ਤਾਂ ਤਰਨਾਤ ਹੈ ਨਹੀਂ, ਇਹ 69 ਨੇ, 79 ਨੇ, 100 ਦਾ ਪਤਾ, 100 144 ਕਰੋੜ ਵਾਲੇ ਨੇ ਸਰ। ਉਹਨਾਂ ਤੋਂ ਕੀ ਉਮੀਦ ਕਰੋਗੇ? ਪੰਜਾਬ ਬਾਰੇ ਦੱਸ ਦੇਣਗੇ ਕੁਛ, ਜਾਂ ਪੰਜਾਬ ਦੇ ਕਲਚਰ ਬਾਰੇ ਕੁਛ ਪਤਾ ਹੋਊਗਾ, ਜਾਂ ਪੰਜਾਬ ਦੇ ਦਿਹਾਤੀ ਮੁਸ਼ਕਲਾਂ ਬਾਰੇ ਕੋਈ ਪਤਾ ਹੋਊਗਾ, ਮੰਡੀਆਂ 'ਚ ਕੀ ਹਾਲਾਤ ਨੇ ਜਾਂ ਕੀ ਹਾਲਾਤ ਹੁੰਦੇ ਨੇ। ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਲੋਕਤੰਤਰ ਦੀ ਬੜੀ ਮਰਿਆਦਾ ਹੈ, ਕਾਸ਼ ਇੱਥੇ ਮੁੱਖ ਵਿਰੋਧੀ ਧਿਰ ਬੈਠੀ ਹੁੰਦੀ, ਪਰ ਕੋਈ ਗੱਲ ਨਹੀਂ, ਅਕਾਲੀ ਦਲ ਔਰ BSP ਦੇ ਜਿਹੜੇ ਨੁਮਾਇੰਦੇ ਨੇ ਔਰ ਆਜ਼ਾਦ ਜਿਹੜੇ ਨੁਮਾਇੰਦੇ ਨੇ ਉਹ ਬੈਠੇ ਨੇ
ਔਰ ਉਹਨਾਂ ਨੂੰ ਮੌਕਾ ਵੀ ਮਿਲਿਆ ਬੋਲਣ ਦਾ। ਗੱਲ ਬੋਲ ਕੇ ਕਰੋ, ਇੱਦਾਂ ਬਾਈਕਾਟ ਕਰਨਾ ਜਾਂ ਵਾਕਆਊਟ ਕਰਨਾ ਇਹਦਾ ਕੋਈ ਫਾਇਦਾ ਨਹੀਂ। ਜੇ ਕੋਈ ਮੁੱਦਾ ਹੋਵੇ ਤਾਂ ਵਾਕਆਊਟ ਕਰੋ। ਉਹਨਾਂ ਦੇ ਸਵਾਲ ਸਾਰੇ ਆਰ ਡੀ ਐਫ 'ਚ ਬੋਲ ਲੈਂਦੇ ਕਿ ਕੀ ਚਾਹੀਦਾ ਉਹਨਾਂ ਨੂੰ, ਕਿੱਥੇ ਕਿੱਥੇ ਪੈਸੇ ਚਾਹੀਦੇ ਹੈ, ਆਪਾਂ ਗੱਲ ਕਰ ਲੈਂਦੇ। ਸੋ ਮੈਂ ਇਸ ਪ੍ਰਸਤਾਵ ਦੇ ਹੱਕ ਵਿੱਚ ਹਾਂ, ਸਮਰਥਨ ਵੀ ਕਰਦਾ ਅਤੇ ਨਾਲ ਨਾਲ ਉਮੀਦ ਵੀ ਕਰਦਾ ਕਿ ਕੇਂਦਰ ਸਰਕਾਰ ਬੜੀ ਜਲਦੀ ਆ ਇੱਕ ਅੱਧੇ ਹਫ਼ਤੇ 'ਚ ਹੀ ਸਾਨੂੰ ਫੰਡ ਜਾਰੀ ਕਰ ਦੂਗੀ, ਨਹੀਂ ਤਾਂ ਫਿਰ 1 ਜੁਲਾਈ ਨੂੰ ਸੁਪਰੀਮ ਕੋਰਟ ਖੁੱਲ੍ਹ ਰਹੀ ਹੈ ਸਰ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਮਾਣਯੋਗ ਮੁੱਖ ਮੰਤਰੀ ਸਾਹਿਬ। ਪ੍ਰਸ਼ਨ ਹੈ ਕਿ ਭਾਰਤ ਸਰਕਾਰ ਵੱਲੋਂ ਪਿਛਲੇ 4 ਸੀਜ਼ਨਾਂ KMS 2021-22, RMS 2022-23, KMS 2022-23 ਅਤੇ RMS 2023-24 ਦੀ ਦਿਹਾਤੀ ਵਿਕਾਸ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅਰਥ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।